ਕੀ ਹੋਇਆ ਤੈਨੂੰ ਪੁੱਤ? ਗੱਲ ਨੀ ਮੰਨਦੇ, ਗੁੱਸਾ ਵਾਲਾ ਹੁੰਦਾ। ਕਦੇ ਕਦੇ ਆਉਂਦਾ ਕੋਈ ਨਾ। ਤੇਰਾ ਕੀ ਨਾਮ ਆ? ਮੇਰਾ ਨਾਮ ਅਜੀਤ ਸਿੰਘ। ਮਤਲਬ ਮੇਰੇ ਸਿੰਘ ਦਾ ਬੇਟਾ, ਮੇਰੇ ਪਾਪਾ ਨੇ ਜਾਣਾ ਕੱਫੀ ਪਾ ਦਿੱਤਾ। ਉਹ ਯਾਰ ਮੇਰੇ ਦੋਸਤ ਦਾ ਭਰਾ ਵਾ ਆਪਣੇ, ਉਹ ਫਿਕਰ ਨੀ ਕਰਨਾ ਤੂੰ। ਇੱਕਦਾਂ ਨਾ ਇਹ ਗੱਲ ਨੀ ਮੰਨਦੇ, ਕੋਈ ਗੱਲ ਨੀ। ਇਹਨੇ ਬੰਦਾ ਘਰੇ ਆ ਹੁਣ, ਇਹਨਾਂ ਨੂੰ ਸਮਝਾਉਣ ਦੀ ਲੋੜ ਆ, ਤੈਨੂੰ ਦਵਾਈ ਦੀ ਲੋੜ ਆ। ਤੈਨੂੰ ਗੁੱਸਾ ਚੜ੍ਹ ਜਾਂਦਾ, ਤੈਨੂੰ ਥੋੜੀ ਦਵਾਈ ਖਾਣੀ ਪੈਣੀ ਆ। ਇਹਨਾਂ ਨੂੰ ਸਮਝਾਉਣਾ ਪੈਣਾ, ਅਸੀਂ ਇਹਨਾਂ ਨੂੰ ਵੀ ਸਮਝਾਵਾਂਗੇ। ਇਹਨਾਂ ਨੂੰ ਸਮਝ ਦੀ ਦਵਾਈ ਦੇਵਾਂਗੇ, ਤੇ ਤੈਨੂੰ ਗਾਲਾਂ ਦੀ ਗੁੱਸੇ ਦੀ ਦਵਾਈ। ਕੋਈ ਨਾ, ਹਟ ਜੂਗਾ। ਫਿਕਰ ਨਾ ਕਰ, ਪਹਿਲਾਂ ਮੇਰੀ ਇੱਕ ਧਿਆਨ ਨਾਲ ਗੱਲ ਸੁਣ। ਗੱਲ ਸਿਰਫ ਇੰਨੀ ਆ ਵੀ ਜਿਹੜਾ ਅੱਜ ਇਕੱਠ ਆਏ, ਇਹਨਾਂ ਆਪਾਂ ਟੋਕਨ ਦਿੰਦੇ ਹਾਂ। ਪਹਿਲਾਂ ਟੋਕਨ ਦੇ ਕੇ ਦਵਾਈ ਦਿੰਦੇ ਹਾਂ, ਡਾਕਟਰ ਦਿੰਦੇ, ਡਾਕਟਰਾਂ ਦੀ ਟੀਮ ਦਿੰਦੀ ਹੈ ਟੋਕਨ। ਟੋਕਨ ਤੋਂ ਬਿਨਾਂ ਆਏ ਮਰੀਜ਼ ਨੂੰ ਦਵਾਈ ਨਹੀਂ ਦਿੰਦੇ। ਪਤਾ ਨਹੀਂ ਸੀ ਸਾਨੂੰ। ਹਾਂ, ਮੈਂ ਤੁਹਾਨੂੰ ਉਹੀ ਸਮਝਾਉਣਾ। ਜਾਂ ਤਾਂ ਤੁਸੀਂ ਅੱਜ ਰੁਕ ਜਾਓ ਇੱਥੇ, ਸਵੇਰੇ ਦਵਾਈ ਦੇ ਕੇ 10 ਵਜੇ ਭੇਜ ਦਾਂਗੇ, ਜਾਂ ਕੱਲ ਨੂੰ 10 ਵਜੇ ਆ ਜਾਓ ਸਵੇਰੇ ਇੱਥੇ, ਸਵੇਰੇ ਦਵਾਈ ਲੈ ਜਾਓ ਆ ਕੇ, ਮਿਲ ਜੂਗੀ ਕੋਈ। ਇਹ ਭੈਣ ਨੂੰ ਮਿਲ ਲੈਣ, ਨਹੀਂ ਅਗਲੇ ਕੈਂਪ ਤੇ ਤਾਂ ਮਿਲੂਗੀ। ਜੇ ਕੋਈ ਐਮਰਜੈਂਸੀ ਹੈ ਪਹਿਲਾਂ ਵੀ ਦੇ ਦਿੰਦੇ ਆ। ਜੇ ਉਹਨੇ ਵੀਰ ਅਗਲੇ ਕੈਂਪ ਤੇ ਜਾਣਾ, ਗੁੱਸਾ ਕਰ ਗਿਆ ਫਿਰ ਕੀ ਕਰਾਂਗੇ? ਇਸ ਕਰਕੇ ਤੂੰ ਕੱਲ ਨੂੰ 10 ਵਜੇ ਆ ਜਾਈਂ, ਆ ਭੈਣ ਮਿਲੂਗੀ ਤੈਨੂੰ। ਕੋਈ ਨਾ, ਸਭ ਠੀਕ ਹੋ ਜਾਊ, ਸਭ ਠੀਕ ਹੋ ਜਾਊ। ਹਟ ਜੂ ਬਹੁਤ ਗੁੱਸਾ, ਖੇਡਾਂ ਚ ਨਾ ਚੱਲਦਾ, ਇੱਕ ਗੱਲ ਸਮਝੋ ਭੈਣ ਮੇਰੀਏ, ਪ੍ਰੋਬਲਮ ਹੈ ਨੀ ਕੋਈ। ਜੇ ਆਪਾਂ ਧਿਆਨ ਨਾਲ ਤਾਂ ਪ੍ਰੋਬਲਮ ਬਣ ਜਾਣੀ ਹੈ, ਠੀਕ ਹੈ? ਜਿੰਨੀ ਕਿ ਛੋਟੀ ਜਿਹੀ ਪ੍ਰੋਬਲਮ ਹੈ, ਠੀਕ ਹੋ ਜਾਣੀ, ਕੋਈ ਦਿੱਕਤ ਨਹੀਂ। ਬਾਬਾ ਜੀ ਮਿਹਰ ਕਰ, ਕੋਈ ਨਾ ਤੁਸੀਂ ਕੱਲ ਨੂੰ ਬਣ। ਇਹ ਬਿਮਾਰੀ ਨੀ ਹੈਗੀ ਕੋਈ, ਮੈਨੂੰ ਵੀ ਗੁੱਸਾ ਬਹੁਤ ਆਉਂਦਾ, ਹਰ ਇੱਕ ਨੂੰ ਆਉਂਦਾ। ਘਬਰਾਉਣਾ ਨੀ, ਬਿਮਾਰੀ ਨੀ ਹੈਗੀ ਕੋਈ, ਠੀਕ ਆ? ਹਾਂ, ਇੱਥੇ ਮਿਲ। ਬਹੁਤ ਵਧੀਆ ਸੀ, ਬੀਏ ਵੀ ਕੀਤੀ ਹੋਈ ਇਹਨੇ, ਤੇ ਇੰਗਲੈਂਡ ਵੀ ਹੋ ਗਿਆ, ਇੰਗਲੈਂਡ ਠੀਕ ਠਾਕ ਗਿਆ ਸੀ। ਉਹ ਆਇਆ ਤੇ ਹੁਣ ਥੋੜਾ ਅਪਸੈਟ ਜਿਹਾ ਮੈਂਟਲੀ, ਜਿਹੜਾ ਕੋਈ ਉਹਨੇ ਵੀ ਸਮੋਕਿੰਗ ਵੀ ਕਰੀ ਜਾਂਦਾ। ਭੰਗ ਨਾ ਹੋਇਆ ਬਾਪੂ, ਇਹ ਭੰਗ ਨਹੀਂ ਕਿਤੇ ਸਮੋਕਿੰਗ ਉੱਥੇ ਪਿੰਦਾ ਸੀ। ਮੈਰਵਾਨਾ ਸਟਿੰਗ ਪਿੰਦਾ ਸੀ ਉਹਦੇ ਨਾਲ ਹੀ, ਬਾਪੂ ਦਿਮਾਗ ਚੱਕਿਆ ਗਿਆ ਇਹਦਾ। ਕੋਈ ਗੱਲ ਨੀ, ਹੋ ਜੂ। ਕਿੰਨੇ ਕੁ ਟਾਈਮ ਤੋਂ ਇਦਾਂ ਹੋਇਆ? 20 ਸਾਲ ਹੋ ਗਏ ਜੀ, 20 ਸਾਲ ਇਦਾਂ ਹੋਏ ਨੂੰ। ਹਾਂਜੀ ਹਾਂਜੀ, 20 ਸਾਲ। ਕਿੰਨਾ ਪੜਿਆ ਬਾਪੂ ਇਹ? ਇੰਗਲੈਂਡ ਗਿਆ ਤੇ ਇੰਗਲੈਂਡ ਬੀਏ ਕੀਤੀ ਹੈ। ਇੰਗਲੈਂਡ ਕਿੰਨਾ ਲੱਗ ਗਿਆ ਟਾਈਮ? ਇੰਗਲੈਂਡ ਦੇ ਟਾਈਮ ਹਸਪਤਾਲ ਚ ਲਾ ਕੇ ਆਇਆ, ਥੋੜਾ ਬਹੁਤ ਨੇ ਕੰਮ ਕੀਤਾ, ਬਾਕੀ ਹਸਪਤਾਲ ਚ ਰਹਿ ਗਿਆ। ਕਿੰਨਾ ਟਾਈਮ? ਡੇਢ ਸਾਲ, ਮਤਲਬ 2.5 ਸਾਲ ਰਹਿ ਗਿਆ ਟੋਟਲ ਕੋਈ ਹਸਪਤਾਲ ਦੇ। ਕੋਈ ਉੱਥੇ ਵੀ ਅਪਸੈਟ ਹੋ ਗਿਆ ਸੀ? ਉੱਥੇ ਅਪਸੈਟ ਹੋ ਗਿਆ, ਇੱਥੋਂ ਜਮਾਂ ਠੀਕ ਗਿਆ ਸੀ। ਇੱਥੇ ਬਿਲਕੁਲ ਠੀਕ ਗਿਆ, ਬੀਏ ਕੀਤੀ ਹੋਈ ਹੈ, ਬੀਏ ਪਾਸ ਕਰ ਗਿਆ। ਕੀ ਗੱਲ ਹੈ, ਕੀ ਨਾਮ ਤੇਰਾ? ਪਰਮਿੰਦਰ ਸਿੰਘ। ਪਰਤਵਿੰਦਰ ਸਿੰਘ, ਪਰਤਵਿੰਦਰ ਇੰਗਲੈਂਡ ਕਿਹੜੇ ਦੇਸ਼? ਉੱਥੇ ਸ਼ਹਿਰ ਚ ਸੀਗਾ? ਸਾਊਥ ਹਾਲ ਸੀ। ਠੀਕ ਹੈ, ਦੁਬਾਰਾ ਜਾਣਾ ਜੀ ਕਰਦਾ? ਜਾਣ ਨੂੰ ਦੁਬਾਰਾ ਭੇਜ ਦਾਂਗੇ, ਦੁਬਾਰਾ ਭੇਜਾਂਗੇ ਤੈਨੂੰ। ਪਰ ਤੂੰ ਸਿਆਣਾ ਹੋਇਆ, ਠੀਕ ਹੋ ਜਾ, ਤੈਨੂੰ ਅਸੀਂ ਦਵਾਈ ਦੇਵਾਂਗੇ। ਦਵਾਈ ਖਾਏਗਾ ਘਰੇ? ਦਵਾਈ ਖਾ ਲੈਂਦਾ ਜੀ? ਜੇ ਦਵਾਈ ਦੇ ਕੇ ਭੇਜੀਏ ਤੇ ਉਹਨੂੰ ਘਰੇ ਦਵਾਈ ਖਾ ਲੂ? ਇਹ ਖਵਾਉਣੀ ਪੈਣੀ, ਆਪ ਖਵਾਉਣੀ ਪੈਣੀ। ਭੇਜਾਂਗੇ ਅਸੀਂ ਇੰਗਲੈਂਡ ਤੇ, ਇਹ ਪ੍ਰੋਮਿਸ ਹੈ ਤੇਰੇ ਨਾਲ ਨਤਿੰਦਰ ਵੀਰ, ਭੇਜਾਂਗੇ। ਕਿੱਥੋਂ ਆਉਂਦੀ, ਕਿੱਥੋਂ ਆ? ਕੌਣ ਲਿਆ ਕੇ ਦਿੰਦਾ ਪੈਸੇ? ਕੌਣ ਦਿੰਦਾ ਆਏ? ਜੇ ਕੋਈ ਮੰਗ ਵੀ ਲੈਂਦਾ ਦੱਸ ਵੀ ਚਾਹੀਦਾ ਹੈ ਆਪਣੀ ਜੇਬ ਚ ਦੂਜੀ ਜੇਬ ਵਾਲਾ ਸਾਨੂੰ ਪੈਸਾ ਦਿੱਤਾ ਹੀ ਨਹੀਂ। ਔਰ ਇਹ ਤੇ ਆ ਜੀ ਸਰ, ਕਈ ਚਾਰ ਵਾਰ ਗੁਰਦੁਆਰੇ ਵੀ ਗਿਆ ਹੁੰਦਾ।
ਜੇ ਇਹਨੂੰ ਠੀਕ ਕਰਨਾ ਨਾ ਬਾਪੂ ਇਹ ਤਾਂ ਥੋੜਾ ਧਿਆਨ ਦੇਣਾ ਪੈਣਾ, ਬਾਕੀ ਕੰਮ ਕਾਰ ਛੱਡ ਕੇ ਥੋੜਾ ਇਹਦੇ ਵੱਲ ਧਿਆਨ ਦੇਣਾ ਪੈਣਾ। ਇੱਥੇ ਜੇ ਨਹੀਂ ਲੋਟ ਆਊਗਾ ਫਿਰ ਨਾਲ ਰਹਿਣਾ ਪਊਗਾ, ਇਹਨੂੰ ਆਪਾਂ 15-20 ਦਿਨ ਇੱਥੇ ਰੱਖ ਲਾਂਗੇ ਇਹਨੂੰ। ਇੱਥੇ ਆਪਾਂ ਉਹਨਾਂ ਨੂੰ ਰੱਖਦੇ ਹਾਂ ਜਿਹੜੇ ਦਵਾਈ ਨਹੀਂ ਖਾਂਦੇ, ਘਰਦਿਆਂ ਦੇ ਆਖੇ ਨਹੀਂ ਲੱਗਦੇ, ਕੁੱਟ ਮਾਰ ਕਰਦੇ ਆ। ਹੁਣ ਤੁਸੀਂ ਦਵਾਈ ਲੈ ਜਾਓ, ਦਵਾਈ ਨੇ ਸਵਸਥ ਰਹੂ, ਰੈਸਟ ਕਰੂ ਘਰੇ, ਡਾਕਟਰ ਨੂੰ ਦੱਸਿਓ ਵੀ ਇਹ ਟਿਕਦਾ ਨੀ, ਵੀ ਇਹ ਸਿਗਰਟ ਬੀੜੀ ਪੀਂਦਾ, ਡਾਕਟਰ ਦਵਾਈ ਏਦਾਂ ਨੀ ਦੇ ਦੂ, ਉਹਦੇ ਨਾਲ ਰੈਸਟ ਕਰੂਗਾ। 15 ਦਿਨਾਂ ਬਾਅਦ ਅੱਗੇ ਆਇਓ, ਫਿਰ ਆਪਾਂ ਦੇਖਾਂਗੇ ਕੀ ਕਰਨਾ। ਜੇ ਤੁਹਾਨੂੰ ਲੱਗੂਗਾ ਵੀ ਨਹੀਂ ਕੰਟਰੋਲ ਚ ਆ ਰਿਹਾ, ਫਿਰ ਆਪਾਂ ਇੱਥੇ ਰੱਖ ਕੇ ਕਰ ਲਾਂਗੇ, ਫਿਰ ਨਾਲ ਰਹਿਣਾ ਪਊ। ਪਰ ਲਓ ਦਵਾਈ, ਲਓ ਦਵਾਈ। ਹਾਂਜੀ ਮੇਰੀ ਮਾਤਾ ਜੀ ਆ, 2-3 ਸਾਲ ਤੋਂ ਮੈਂ ਕੱਲ ਪੱਤੀ ਕਟਾ ਕੇ ਗਿਆ ਇੱਕ ਟੋਕਨ ਨੰਬਰ, ਉਹ ਆਏ ਨੀ ਆਉਂਦੇ, ਜਿੱਦਾਂ ਮਤਲਬ ਨਾ ਕੱਪੜਾ ਕੁਪੜਾ ਪਾੜੀ ਜਾਂਦੇ ਆ, ਲਿਆਉਣਾ ਤਾਂ ਪੈਣਾ। ਹਾਂਜੀ ਹਾਂਜੀ, ਏਦਾਂ ਦਾ ਹਜੇ ਕੋਈ ਸਾਡੀ ਇੰਨੀ ਤਾਕਤ ਵਧੀ ਨੀ ਵੀ ਅਸੀਂ ਘਰੇ ਬੈਠੇ ਹੋ ਚੈੱਕ ਕਰਾ ਲਈ, ਲੈ ਕੇ ਆਉਣਾ ਪੈਣਾ। ਤੂੰ ਜਦੋਂ ਮਰਜ਼ੀ ਲੈ, ਕਿਦੋਂ ਕਿੱਥੋਂ ਆਇਆ? ਮੈਂ ਕਪੂਰਥਲਾ ਜ਼ਿਲ੍ਹਾ, ਮੇਰਾ ਲੱਖਣ ਕੇ ਪੱਟੀ। ਕਿਵੇਂ ਆ? ਕੱਲ ਨੂੰ ਲਿਆ ਕੋਈ ਨਾ, ਕਿਵੇਂ ਆ? ਹਾਂਜੀ ਮੈਂ ਠੀਕ ਤੇ ਆ, ਉਹ ਪਰ ਇਹ ਮੇਰੀ ਛੋਟੀ ਸਿਸਟਰ ਆ, ਸੋਹਰੇ ਤੋਂ ਇਹ ਫਾਲਤੂ ਮਤਲਬ ਮੇਰਾ ਬੋਲਦੀ ਆ। ਭੈਣੇ ਦਵਾਈ ਇੱਥੋਂ ਚੱਲਦੀ ਨੂੰ ਕਿੰਨਾ ਟਾਈਮ ਹੋ? ਕਿੰਨਾ ਟਾਈਮ ਹੋ? ਸਾਰਾ ਹੀ ਮੈਂ ਇੱਥੋਂ। ਕੁਛ ਫਰਕ ਪਿਆ? ਰੁਪਈਏ ਚ ਦਵਾਈ ਕੰਟੀਨਿਊ ਰੱਖੋ, ਦਵਾਈ ਨਾ ਬੰਦ ਕਰੋ।